लो जी पहली कबड्डी पहली रेत छोटा हरूर पाकिस्तान आर्मी का बबर शेर कबड्डी खिलाड़ी छोटा हरूर पहला धावा बोलिया इस कबरू ने इस कबड्डी के ऊपर और पहला पॉइंट हासिल किया छोटा हरूर बल्ले बैजो थल्ले बैजो यार जी रियासत डॉक्टर साहब भाई सरवर साहब सरवर साहब दिला दो तवज्जो जी कबड्डी देख के जाफी बड़ा तगड़ा लगे गुलाम घोष गुजर गुलाम यासी मैर और नाम मोगल और स्पेशल इनाम फाइटर भी खड़ा जी और उधर एक हार गया जी भाई शराज साहब तो मेरे वास्ते इनाम एक हाई शुक्रिया कबड्डी मारिया जामनी आप कबड्डी मंडी आया जामनी साहब हारे हो गया जी ओ यार मैं वही आखने हैं थले बाजे थले बाजे थले बाजे लोगी वो तो जामी थे आहा हाय के चार बजा के कितना बड़ा था नाले नाले अगर वो बेल गए चले भले लगती बजा लगती जस्नत करते बिटी राते नाले नफीस लोधी कबड्डी मारे मोहम्मद वकास पिल्ला आज चहारिया मंडी भाई शराज साहब का इनाम इधर प्रिया साहब का इनाम आता पट्टी साहब का इनाम और सारे जने मेहमान मेरे स्टेज पे बैठे हैं पुन्ना का इनाम लोधी कबड्डी मारे नौजवान नॉन स्टॉप कबड्डी खिलाड़ी लाला चांपर बादशाह साहब ऐसे कबो ऐसे एक ब्रांड का नाम है एक मार किया रियासत होगा साहब लो एक हाई शुक्रिया अपनी मेहरबानी लो जी साहब लोधी कबड्डी छोटा हरोर के राजा प्रवेश जी पाल साहब इस मैच में सुपरवाइजर उधर यावनी उधर लियाकत डोगर साहब रियासत डोगर साहब सरवर पट्टी साहब जी छोटा हरोर साहब आओगे नाम लियो लोधी अरफान डोगर अगली कबड्डी साढ़े कबड्डी तो भी स्पॉन्सर कर रहे हैं लाला कबड्डी क्लब को लॉन्च कबड्डी क्लब को स्पॉन्सर कर रहे हैं यासी मैसा अल आम टोकर सा जी कबड्डी मारे के फार टोकर लियाकत टोकर साहब मैं क्या आज तो अन्ना अपना बकर से ਇਤਹਾਈ ਸ਼ੁਕਰੀਆ ਜਨਾਬ ਇਹ ਮੇਰੇ ਵਾਸਤੇ ਇੱਕ ਨਾਰਮੀ ਹੈ ਨਾ ਜਿਹੜਾ ਰਿਆਸਤ ਸਾਹਿਬ ਨੂੰ ਮੇਰਾ ਚੇਤਾ ਆ ਗਿਆ ਬਹੁਤ ਬਹੁਤ ਸ਼ੁਕਰੀਆ ਸਰਵਰ ਪਟੀ ਸਾਹਿਬ ਆਓ ਜੀ ਲਓ ਜੀ ਕਬੱਡੀ ਮਾਰੇ ਨੌਜਵਾਨ ਇਬਰਾਨ ਪੱਠਾ ਲਾਈਵ ਕਬੱਡੀ ਕਲੱਬ ਦਾ ਬਬਰ ਸ਼ੇਖ ਕਬੱਡੀ ਖਿਡਾਰੀ ਐ ਦੇ ਮਤਰੂਬ ਅਲੀ ਮਤਰੂਬਾ ਪਿੰਡ ਖਤਰਾਵਾ ਰੱਖਿਆ ਤੋੜ ਦੇ ਹੱਥ चल रही कबड्डी ते फिर चामी अगली रेल मारे नौजवान चामी पहलवान आप लोगों मंडी ये बड़ा ही खूबसूरत कबड्डी खिलाड़ी इस ग्राउंड में की तहाई शुक्रिया ये चामी चामी शाबाश चल रही वकास की
ਨੇ ਅੰਦਰੋਂ ਪਾਟੀਆਂ ਲੀਰਾਂ ਵਰਗੇ ਹੁੰਦੇ ਨੇ ਰਾਜਾ ਇਧਰ ਅੱਜ ਤੋਂ 82 ਕਰੋੜ ਪੱਕੇ ਨਹੀਂ ਆਇਆ ਅੱਜ ਤੋਂ 122 ਤੋਂ ਆਇਆ ਅੱਜ ਥੁੱਕ ਮੁੱਕ ਲਿਆ ਪੈਸੇ ਨਹੀਂ ਮੁੱਕਣਗੇ ਕਿਆ ਬਾਤ ਹੋ ਰਹਾ ਇਹਨਾਂ ਦੇ ਡੋਗਰੋ ਜ਼ਿੰਦਾਬਾਦ ਚੱਲ ਵੀ ਲਾਲਾ ਚਾਬਰ ਕਮੋ ਭਾਈ ਸ਼ਰਾਬ ਲੋ ਇਹਨਾਂ ਦੀ ਜੀ ਭਾਈਆਂ ਦਾ ਬਹੁਤ ਸ਼ੁਕਰੀਆ ਇਧਰ ਆ ਜਾਓ ਜਿਹੜਾ ਬੋਲਾ ਅਲੀ ਨੂੰ ਮੰਨਦਾ ਥੱਲੇ ਬਹਿ ਜਿਹੜਾ ਮੰਨਦਾ ਥੱਲੇ ਬਹਿ ਬਹਿ ਜਾਓ ਯਾਰ ਲੋ ਜੀ ਉਧਰ ਕਬੱਡੀ ਛੋਟਾ ਹਰੋਟ ਪਾਕਿਸਤਾਨ ਆਰਮੀ ਆਏ ਹਾਏ ਹਾਏ ਆਇਆ ਮਤ ਰੁਬਿਆ ਨਹੀਂ ਸੁਣਿਆ ਅੰਪਾਇਰ ਦਾ ਫੈਸਲਾ ਹੱਥ ਵੀ ਹੋਗਾ ਜ਼ਿੰਦਾਬਾਦ ਛੋਟਾ ਹਰੋਟ ਜਿਹੜੇ ਬੰਦੇ ਬਲੋਦਰ ਥੱਲੇ ਪੈ ਜਾਓ ਕਿੰਨੇ ਪੈਰ ਲੱਗ ਪਈ ਹੋਈ
ਚਲੋ ਜੀ ਇਹ ਫੜ ਲੋ ਗਾ ਓਏ ਡੋਗਰ ਨੂੰ ਫੜਦਾ ਤੁਹਾਡੇ ਵਾਸਤਾ ਕੰਮ ਨਹੀਂ ਅਗਰ ਡੋਗਰ ਨੂੰ ਪੁਲਿਸ ਦਾ ਜਾਣਾ ਬਣਾਓ ਆਇਓ ਡੋਗਰਾ ਲਿਆ ਡੋਗਰ ਸਾਹਿਬ ਮਾਣ ਮਹਿਸੂਸ ਕਰ ਰਹੇ ਆ ਸਟੇਜ ਤੇ ਲੈ ਕੇ ਨਾਲ ਰਿਆਸਤ ਡੋਗਰ ਸਾਹਿਬ ਕੀ ਬਾਤ ਹੈ ਜੀ ਚੱਲ ਵੀ ਮੁਹੰਮਦ ਵਿਕਾਸ ਪਿੰਡਾ ਅਗਲੀ ਕਬੱਡੀ ਪਾ ਰਹੇ ਨੌਜਵਾਨ ਪਿੰਡ ਮੈਦਾਨ ਦੇ ਵਿੱਚ ਵਿਕਾਸ ਪਿੰਡਾ ਜੀ ਕਿ ਵੱਡੇ ਨਾ ਕਰਕੇ ਬੰਦੇ ਮਰ ਜਾਂਦੇ ਨੇ ਪਸਤੂਰ ਹੈ ਖਾਸ ਤਕਦੀਰ ਦਾ ਏ ਇੱਕੋ ਸਾਹ ਦੇ ਮਾਲ ਦੇ ਖਾਲਕ ਦੀ ਜੋ ਚਾਹਵੇ ਪਿਆ ਤਕਦੀਰ ਦਾ ਏ ਜਿਹਨੂੰ ਲੋਕ ਉੱਤੀ ਪ੍ਰਮੁੱਖ ਆਖਦੇ ਨੇ ਹੋਵੇ ਨਕਸ਼ ਤੇ ਚਕਸ ਜਗੀਰ ਦਾ ਏ ਕਹਿੰਦੇ ਬਹੁਤ ਬਹੁਤ ਫੇਰੀਏ ਅੱਖ ਸਾਥੀ ਲੈ ਜੀ ਕਬੱਡੀ ਮਾਰਿਆ ਚਾਹੀ ਰੱਬ ਜੀ ਨੂੰ ਜਿਸ ਤਰ੍ਹਾਂ ਦਾ ਅੱਛੂ ਜਾਮੀ ਵਾਸਤੇ ਦਾੜੀ ਮਾਰੋ ਬੜੀਆਂ ਸੋਹਣੀਆਂ ਕਬੱਡੀਆਂ ਪਾ ਰਹੀਆਂ ਲਾਇੰਸ ਕਬੱਡੀ ਕਲੱਬ ਦੇ 15 ਤੋਂ ਆਏ ਲਾਲਾ ਕਬੱਡੀ ਕਲੱਬ ਦੇ 8 ਨੰਬਰ ਜੀ ਕਿਆ ਬਾਤ ਹੈ ਵੈਲ ਡਨ ਹੁਣ ਫਿਰ ਨੰਬਰ ਲੈ ਗਿਆ ਵਾਜ ਆਤੀ ਕੀਤੀ ਜਾਂਦਾ ਛੋਟਾ ਰੋਣਾ ਅਰੇ ਹੁਣ ਆਇਆ ਯਾਰ ਇੱਧਰ ਪਾਕਿਸਤਾਨ ਆਰਮੀਆਂ ਦੇ ਜਿਸਿਆਂ ਦੇ ਵਿੱਚ ਵੇਖੋ ਅੱਲਾਹ ਪਾਕ ਨੇ ਕਿੰਨਾ ਕੁ ਨੂਰ ਪਾਇਆ ਆਪਣੇ ਦੇਸ਼ ਲਈ ਸ਼ਹੀਦ ਹੁੰਦੇ ਇਮਾਨੀ ਜਜ਼ਬਾ ਮੇਰੇ ਹਜ਼ੂਰ ਪਾਇਆ ਜਿਹੜਾ ਦਿਲ ਪਲੇਅਰ ਨੂੰ ਚਾਹੀਦਾ ਏ ਉਹ ਦਿਲ ਖੁਦਾ ਜ਼ਰੂਰ ਪਾਇਆ ਇਹਦੇ ਬੰਦੇ ਮੁਖਾਲਫ ਨੂੰ ਹੱਥ ਸਾਫ ਕੀਤੇ ਜਾਵੇ ਕਿਸੇ ਲੋਹਾਰ ਨੂੰ ਜ਼ਰੂਰ ਪਾਇਆ ਸਰਵਰ ਪੱਟੀ ਸਾਹਿਬ ਇਨਾਮ ਦੇਣਗੇ ਜੀ ਉਹ ਪੰਮੋ ਲਾਲਾ ਜਾਬਾ ਪੰਮੋ ਤੇ ਉੱਧਰ ਫਿਰ ਦੁਬਾਰਾ ਅੱਛੂ ਨੇ ਕੋਸ਼ਿਸ਼ ਕੀਤੀ ਹੈ ਫੜਨ ਦੀ ਗੱਲ ਕੀ ਬਣ ਗਈ ਹੈ ਦੌਰ ਚੱਲ ਹੋਇਆ ਮੁਕਾਬਲਾ ਇੱਧਰ ਸਟੇਜ ਦਿਓ ਸਰਵਰ ਪੱਟੀ ਸਾਹਿਬ ਹਰ ਪਲੇਅਰ ਦੀ ਹੌਸਲਾ ਅਫਜ਼ਾਈ ਕਾਕਾ ਸਾਹਿਬ ਚੱਲ ਰਹੀ ਮੁਹੰਮਦ ਦੀ ਬਰਾਤ ਪੱਠਾ ਲਾਇੰਸ ਕਬੱਡੀ ਕਲੱਬ ਦੂਸਰੇ ਬਣੇ ਲਾਲਾ ਕਬੱਡੀ ਕਲੱਬ ਦਾ ਮਤਲੂਬ ਵਾਲੇ ਮਤਲੂਬਾਂ ਜਿਵੇਂ ਪੱਖ ਦਾ ਬਾਵਾ ਤੇ ਸਾਰਾ ਸੂਬਾ ਸ਼ੁਕਰੀਆ ਬੜੀ ਮਿਹਰਬਾਨੀ ਰਾਹ ਵਿੱਚ ਬੈਠੇ ਨੀ ਬੋਲੀ ਜਾਣ ਕੇ ਟੋਕਰਾ ਟੋਕਰਾ ਚਕਾਵੀ ਆਣ ਕੇ ਹਾਏ ਉਧਰ ਕਹਿੰਦੇ ਜੰਪ ਬੜਾ ਛਿੜਾ ਲੱਗਾ ਐਨੇ ਲੱਗਾ ਜਿਵੇਂ ਦੰਦ ਨੂੰ ਕਿਹੜਾ ਲੱਗਾ ਲੇਕਿਨ ਤੁਹਾਨੂੰ ਮਰ ਪਾ ਲਿਆਕਤ ਡੋਗਰ ਸਾਹਿਬ ਜੀ ਰਿਆਸਤ ਡੋਗਰ ਸਾਹਿਬ ਕਾਕਾ ਸਾਹਿਬ ਕਬੱਡੀ ਸ਼ੁਰੂ ਹੋ ਗਈ ਹੈ ਦੂਜੀ ਹਾਫ ਦੀ ਦੂਸਰੇ ਹਾਫ ਦੀ ਕਬੱਡੀ ਸ਼ੁਰੂ ਵਾਜੀ ਵਾ ਮੁਹੰਮਦ ਅਰਫਾਨ ਡੋਗਰ ਸਾਹਮਣੇ ਵੀ ਗੁੱਜਰ ਖਲੋਤਾ ਐ ਗੋਸਾ ਦੋਸ ਗੁੱਜਰ ਗੁਲਾਮ ਦੋਸ ਗੁੱਜਰ ਗੁਲਾਮ ਦੋਸ ਗੁੱਜਰ ਲੇਕਿਨ ਕੋਈ ਅਰਫਾਨ ਇੱਧਰ ਆ ਯਾਰ ਜੀ ਅੱਜ ਪਿਓ ਪੁੱਤ ਨੂੰ ਪੈਸੇ ਦੇ ਰਿਹਾ ਘਰ ਦੇ ਪੈਸੇ ਘਰ ਹੀ ਜਾਣੇ ਨੇ ਕਿਹੜਾ ਬੋਲਣਾ ਮੇਰੇ ਵਾਸਤੇ 100 ਰੁਪਈਆ ਜੀ ਆਓ ਜੀ ਅਰਫਾਨ ਸਾਹਿਬ ਆਓ ਇੰਤਹਾਈ ਸ਼ੁਕਰੀਆ ਛੋਟਾ ਹਰੋ ਲੋ ਜੀ ਛੋਟਾ ਲਾਲਾ ਸਾਹਿਬ ਗੁਲਾਮ ਦਾ ਬੋ ਜੀ ਬੋਲੇ ਜੀ ਆਪ ਛੋਟਾ ਹਰੋ ਜੀ ਬੜੀ ਮਿਹਰਬਾਨੀ ਸ਼ੁਕਰੀਆ ਮੁਹੰਮਦ ਅਰਫਾਨ ਡੋਗਰ ਸਜਾਵਾ 500 ਰੁਪਈਆ ਦੇ ਵਾਂਗ ਦੇ ਮੁਖ ਵੱਲੋਂ ਜੀ ਬੜੀ ਮਿਹਰਬਾਨੀ ਜਨਾਬ ਲਿਆਕਤ ਸਾਹਿਬ ਥੈਂਕ ਯੂ ਆਈ ਲਵ ਯੂ ਚੱਲ ਰਹੀ ਕਬੱਡੀ ਮਾਰਿਆ ਗੌਤਮ ਮੁੰਡੀ ਦੀ ਧਰਤੀ ਦਾ ਸੋਹਣਾ ਗੱਲੂ ਖਿਡਾਰੀ ਕਿ ਬੇਲੇ ਵਰਗੇ ਪੱਟ ਮੋਰੀ ਵਰਗਾ ਲੰਘ ਕੇ ਲਗੇ ਕਿਲਾ ਚਕੋਰ ਦੇਸ਼ ਪ੍ਰਦੇਸ਼ ਕਬੱਡੀ ਖੇਡ ਕੇ ਕਈ ਰਿਕਾਰਡ ਦਿੱਤੇ ਜਿਹਨੇ ਤੋੜ ਸਰਦਾਰ ਅਮਰ ਅਕਬਰ ਡੋਗਰ ਸਾਹਿਬ ਸਰਦਾਰ ਅਮਰ ਡੋਗਰ ਸਾਹਿਬ ਲੈ ਆਏ ਪਲੇਅਰ ਕਿਆ ਬਾਤ ਹੈ ਪੁਆਇੰਟ ਜਨਾਬ ਰੇਕਰ ਦਾ ਚੱਲ ਰਹੀ ਅਗਲੀ ਕਬੱਡੀ ਪਾਈ ਵਾਲੀ ਵਿਰਾਟ ਪੱਠਾ ਸਰਦਾਰ ਮੁਹੰਮਦ ਅਕਬਰ ਡੋਗਰ ਸਾਹਿਬ ਜਨਾਬ ਦੀ ਤਵੱਜੋ ਭਰੂ ਖੰਗਵਾ ਜਾਗੀ ਸਰਦਾ ਵੇਲਾ ਕਦੀ ਹਦਾ ਨਹੀਂ ਕਰਦਾ ਵੇਲੇ ਰਾਜ ਵਿਖਾ ਪਈਆਂ ਫੋਟੋ ਕੰਦੀ ਕੰਦੀਆਂ ਰਹੀਆਂ ਜੀ ਲਾਲ
ਮਾਸ਼ਾਅੱਲਾ ਅਬਦੁੱਲਾ ਨਾਲੇ ਜਾਬਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਕਿਉਂਕਿ ਅੱਜ ਉਹ ਬੁਖਾਰ ਸੀਗਾ ਫਿਰ ਵੀ ਉਹਦੇ ਬਾਵਜੂਦ ਗਰਾਊਂਡ 'ਚੋਂ ਆਏ ਨੇ ਕੁਛ ਬੁਖਾਰ ਦੇ ਵਿੱਚ ਵੀ ਸਿਰਫ ਦੋ ਆਏ ਨੇ ਉਹਨਾਂ ਨੇ ਜ਼ਬਾਨ ਕੀਤੀ ਸੀਗੀ ਕਿ ਅਸੀਂ ਜਿੱਥੇ ਵੀ 122 ਤੋਂ ਲਾਜ਼ਮੀ ਆਵਾਂਗੇ ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਭਾਈ ਇਰਫਾਨ ਡੋਗਰ ਭਾਈ ਰਾਸ਼ਦ ਸਾਹਿਬ ਆਦਤ ਪੱਟੀ ਸਾਹਿਬ ਦੀ ਕਾਲ ਦੇ ਤਸ਼ਰੀਫ ਲੈ ਕੇ ਆਏ ਨੇ ਇੰਤਹਾਈ ਸ਼ੁਕਰੀਆ ਲੋਹੜੀ ਇਰਫਾਨ ਡੋਗਰ ਸ਼ੋਏ ਮਨਾਈ ਅਰਾਈ ਤੇ ਡੋਗਰ ਅਰਾਈ ਤੇ ਡੋਗਰ ਅਰਾਈ ਤੇ ਡੋਗਰ ਅਰਾਈ ਤੇ ਡੋਗਰ ਵਾਹ ਕਬਰੂਆ ਕੇ ਮੈਂ ਲੱਟੂ ਵਰ ਦੀ ਕਚਹਿਰੀ ਆਵੀ ਬੜੇ ਮਸ਼ਹੂਰ ਜਿਨ੍ਹਾਂ ਨੇ ਐਡਾ ਤਗੜਾ ਮੈਚ ਕਰਾਇਆ ਸਪੇਨ ਦੀ ਧਰਤੀ ਦੇ ਇਲਾਕੇ ਦੇ ਵਿੱਚ ਪਹਿਲੀ ਵਾਰੀ ਪੜੀ ਆ ਤਾਂ ਪੱਟੀ ਸਾਹਿਬ ਸਰਵਰ ਪੱਟੀ ਸਾਹਿਬ ਸਨੀ ਮਹਾਈ ਸਾਹਿਬ ਔਰ ਲਿਆਂਗ ਡੋਗਰ ਸਾਹਿਬ ਤਮਾਮ ਦੋਸਤਾਂ ਦੀ ਮੇਰੇ ਨਾਲ ਸ਼ਰਧਾ ਲੈ ਕੇ ਆਈ ਇੱਕ ਪੰਡਾਲ ਸਜੇ ਇੱਕ ਕਰੋੜ ਸਜੇ ਔਰ ਭਾਈ ਮੁਹੰਮਦ ਸ਼ਰਾਫ ਸਾਹਿਬ ਨਾਲ ਲਾਹੌਰ ਤੋਂ ਜੀ ਛੋਟਾ ਰੋਣਾ ਲਿਆਂਗ ਡੋਗਰ ਸਾਹਿਬ ਨਾਲ ਛੋਟਾ ਰੋਣਾ ਇਹਦਾ ਰੋ ਜੀ ਇਨਾਮ ਲੈ ਲਿਓ ਲਓ ਜੀ ਕਬੱਡੀ ਜਾਂਦੀ ਮੁਹੰਮਦ ਅਜ਼ੀਮ ਮਲਕੀ ਅਦੀਮ ਖੋਖਰ ਮੁਹੰਮਦ ਨਈਮ ਸਖਾਵਤ ਖੋਖਰ ਬਾਸ ਸਨੀਮ ਸਾਹਿਬ ਆਜ਼ਮ ਪੱਟੀ ਸਾਹਿਬ ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਗੁਲਾਮ ਮੋਹਤ ਗੁਜਰ ਨੂੰ ਮੈਂ ਜਾਣਦਾ ਬੜਾ ਖਤਰਨਾਕ ਜਾਪੀਏ ਪੁਆਇੰਟ ਜਾਪੀ ਤਾਂ ਜੀ ਕਿਤੋਂ ਆ ਯਾਰ ਗੁਜਰਾ ਇੱਧਰਾ ਐ ਜੀ ਇੱਧਰ ਵੀ ਇਨਾਮ ਦਿਓ ਜੀ ਕਮਾਲੀਏ ਤੋਂ ਆਇਆ ਮੁੰਡਾ ਗੁਲਾਮ ਮੋਹਤ ਗੁਜਰ ਬੜਾ ਤਗੜਾ ਜਾਪੀਏ ਜੀ ਸਾਰੇ ਇਨਾਮ ਦਿਓ ਜੀ ਮਾਸ਼ਾਅੱਲਾ ਬੜਾ ਤਗੜਾ ਕਬੱਡੀ ਖਿਡਾਰੀ ਹੈ ਖੜਨਾ ਨੱਠਣਾ ਨਸੀਬਾਂ ਦੀ ਗੱਲ ਹੈ ਨਾ ਅਮੀਰਾਂ ਦੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ ਮਾਸ਼ਾਅੱਲਾ ਜਿੱਦਾਂ ਨਾ ਲਓ ਜੀ ਉੱਧਰ ਲਾਲਾ ਸਾਫੁੱਲਾ ਵਕਾਸ ਬਿੱਲਾ ਉੱਡਵਾ ਸੱਪ ਲੋਕ ਸੋਕੇ ਦੀ ਉੱਡਵੇ ਸੱਪ ਸਹੇ ਦਾ ਲੱਗ ਸ਼ੇਰ ਦਾ ਲੱਗ ਕਬੂਤਰ ਚੀਨੇ ਚੱਲ ਵੀ ਵਕਾਸ ਬਿੱਲਾ ਉਹ ਇੱਧਰ ਆ ਕਿੱਧਰ ਜਾਣਦੇ ਆ ਇਹ ਭਾਈ ਸ਼ਰਾਫ ਸਾਹਿਬ ਰੁਪਏ ਨੇ ਮਾਂ ਸਲੀਮ ਸਾਹਿਬ ਵੱਲੋਂ ਇਨਾਮ ਇੱਧਰੋਂ ਲਿਆਕਤ ਸਾਹਿਬ ਵੱਲੋਂ ਇਨਾਮ ਉੱਧਰੋਂ ਜਨਾਬ ਸਰਵਰ ਪੱਟੀ ਸਾਹਿਬ ਵੱਲੋਂ ਇਨਾਮ ਇਨਾਮ ਦਿਓ ਜੀ ਮੈਂ ਜੀ ਵਕਾਸ ਬਿੱਲਾ ਭਾਈ ਵਕਾਸ ਸਲੀਮ ਸਾਹਿਬ ਸ਼ੋਏ ਮਰਾਈ ਅਰਫਾਨ ਡੋਗਰ ਸੰਡਿਆਂ ਦਾ ਪੇੜ ਹੋ ਗਿਆ ਜੋ ਖਾਲੀ ਦੀ ਜਿੱਤਦਾ ਹੈ ਕਾਈ ਨਾ ਬੰਦਾ ਤੇ ਨਾ ਫਟਕਾਰ ਹੁੰਦਾ ਹੈ ਉਹ ਪਰੇ ਵੀ ਜਿੱਤਣ ਨਹੀਂ ਮਾਰ ਸਕਦਾ ਜਿਹਦੇ ਸਿਰ ਤੇ ਪੱਗ ਦਾ ਭਾਰ ਹੁੰਦਾ ਹੈ ਤੇ ਉਹ ਗੁੱਸੇ ਦੇ ਵਿੱਚ ਲੱਗਾ ਮਤਲੂਬਾ ਗੁੱਸੇ ਦੇ ਵਿੱਚ ਪੱਲੇ ਪੱਲੇ ਸ਼ੁਕਰੀਆ 122 ਦੀ ਤਮਾਮ ਅਵਾਮ ਦਾ ਸ਼ੁਕਰੀਆ ਜਿਹੜਾ ਜਿਹੜੇ ਐਡਾ ਬੰਦਾ ਲੈ ਕਰਾਇਆ ਇਸ ਪੇਂਦੀ ਧਰਤੀ ਦੇ ਗੈਰ ਜਨਸਾ ਦਾ 122 ਦੀ ਤਾਰੀਖ ਹੀ ਹੈ ਐਨੇ ਗੈਰ ਜਨ ਦਾ ਹਰ ਬੰਦੇ ਦਾ ਕੰਮ ਨਹੀਂ ਇੱਕ ਹਾਈ ਸ਼ੁਕਰੀਆ 122 ਦੀ ਵੀਰੋ ਭਾਈ ਆਦਮ ਪੱਟੀ ਸਾਹਿਬ ਭਾਈ ਸ਼ਰਾਫ ਸਾਹਿਬ ਔਰ ਉਹਨਾਂ ਦਾ ਅਦੀਬ ਖੋਕਰ ਸਾਹਿਬ ਮੁਹੰਮਦ ਨਈਮ ਸਾਹਿਬ ਔਰ ਜਨਾਬ ਲਿਆਕਤ ਡੋਗਰ ਸਾਹਿਬ ਸਖਾਵਤ ਡੋਗਰ ਸਾਹਿਬ ਆ ਕਰੂਗਾ ਭਾਈ ਜੀ ਬੜੀ ਮਿਹਰਬਾਨੀ ਕਾਕਾ ਸਾਹਿਬ ਮੇਰੇ ਬਾਅਦ ਉਹਨਾਂ ਨੇ ਨਾਮ ਭੇਜਿਆ ਮੁਹੰਮਦ ਦਾ ਬਹੁਤ ਬਹੁਤ ਸ਼ੁਕਰੀਆ ਕਾਕਾ ਸਾਹਿਬ ਨੇ ਕਬੱਡੀ ਦੇ ਲਵਰ ਕਬੱਡੀ ਦੇ ਪ੍ਰਮੋਟਰ ਜਨਾਬ ਦਾ ਥੈਂਕ ਯੂ ਜੀ ਥੋੜ੍ਹਾ ਪਿੱਛੇ ਲਓ ਜੀ ਆਖਰੀ ਕਬੱਡੀ ਲਾਲਾ ਜਾਬਰ ਲਾਲਾ ਗਾਜਲਾ ਤੋਂ ਮਾਰ ਰਹੇ ਨੇ।